ਫੌਜ ਪੇਸ਼ੀਆਂ ਦੇ ਹਾਂਜੀ ਬਾਈ ਕਿਵੇਂ ਹੋ ਠੀਕ ਹੈ ਜੀ ਕੀ ਰਿਹਾ ਅੱਜ ਦਾ ਪ੍ਰੋਗਰਾਮ ਗੇੜੇ ਤੇ ਗੇੜਾ ਤਰੀਕ ਤੇ ਤਰੀਕ 1 ਤਰੀਕ ਤੋਂ ਲੈ ਕੇ ਅੱਜ 25 ਹੋ ਗਈ 25 ਦਿਨ ਹੋ ਗਏ ਅੱਛਾ ਗੇੜੇ ਖਾਂਦੇ ਹੁਣ 29 ਤਰੀਕ ਅੱਜ ਮਾਨਸ ਦੀ ਫੋਨ ਦਿੱਤਾ ਹਾਂ ਫੋਨ ਜਮਾ ਕਰਾ ਤੇ ਬਾਈ ਬ੍ਰਾਂਚ ਚੋਂ ਕ੍ਰਾਈਮ ਬ੍ਰਾਂਚ ਚੋਂ ਬਾਹਰ ਆਏ ਨੇ ਬਾਈ ਕਿਵੇਂ ਰਹੀ ਅੱਜ ਦੀ 25 ਬੇਸੀ ਪਾਨੇ 1 ਤਰੀਕ ਤੋਂ ਤੈਨੂੰ ਵੀ ਪਤਾ ਹੈ ਨਾ ਤੂੰ ਨਾਲ ਹੀ ਹੁੰਦਾ ਵੀ ਲਗਾਤਾਰ ਆਪਾਂ ਨੂੰ ਇੱਥੇ 25 ਦਿਨ ਹੋ ਗਏ ਅੱਜ ਜਿਹੜਾ ਕ੍ਰਾਈਮ ਬ੍ਰਾਂਚ ਦੇ ਵਿੱਚ ਜਿਹੜੀ ਜਾਂਚ ਚੱਲ ਰਹੀ ਆ ਜਿਹੜੀ ਆਪਣੀ ਹਲੇ ਪੱਕੀ ਜ਼ਮਾਨਤ ਨਹੀਂ ਹੋਈ ਉਹਦੇ ਸੰਬੰਧ 'ਚ ਹੈ ਨਾ ਅਤੇ ਉਹੀ ਬਸ ਗੱਲਾਂ ਉਹੀ ਬਾਤਾਂ ਉਹੀ ਸਵਾਲ ਉਹੀ ਜਵਾਬ ਲਗਾਤਾਰ ਅਤੇ ਹੁਣ ਤਾਂ ਇਹੀ ਹੈਗਾ ਕਿ 29 ਤਰੀਕ ਨੂੰ ਪੱਕੀ ਜ਼ਮਾਨਤ ਹੋ ਜਾਵੇ ਅਤੇ ਬਾਈ ਇੱਕ ਗੱਲ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸੀਗਾ ਵੀ ਆਪਾਂ ਦੇਖਿਆ ਪੰਜਾਬ ਦੇ ਵਿੱਚ ਆਪਣਾ ਜਿਹੜਾ ਅੰਦੋਲਨ ਨੂੰ ਲੈ ਕੇ ਸਿਆਸਤ ਬਹੁਤ ਵੱਡੀ ਹੋਈ ਹੈ ਕਿਸੇ ਨੇ ਮਾਂ ਦੇ ਪੁੱਤ ਨੇ ਇੱਥੇ ਆ ਕੇ ਕਿਸੇ ਲੀਡਰ ਨੇ ਰਾਜਨੀਤਿਕ ਲੀਡਰ ਨੇ ਜਾਂ ਅਕਾਲੀ ਦਲ ਦੀ ਗੱਲ ਕਰ ਲਓ ਜਾਂ ਕਾਂਗਰਸੀਆਂ ਦੀ ਗੱਲ ਕਰ ਲਓ ਕਿਸੇ ਨੇ ਇੱਥੇ ਆ ਕੇ ਕੋਈ ਸੜਕ 'ਤੇ ਨਹੀਂ ਬੈਠਾ ਕਿਸੇ ਨੂੰ ਕੋਈ ਤਰੀਕ ਨਹੀਂ ਭੁਗਤਣੀ ਪਈ ਪਰ ਸੁੱਕੇ ਰੋਟੀਆਂ ਬਟੋਰੀ ਜਾਂਦੇ ਨੇ ਅੰਦੋਲਨ ਦੇ ਨਾਂ 'ਤੇ ਸਿੱਧੂ ਕਹੀ ਜਾਂਦਾ ਮੈਂ ਨੰਗੇ ਪੈਰੀ ਆਊਂ ਨਵਜੋਤ ਸਿੰਘ ਸਿੱਧੂ ਕਹਿੰਦਾ ਮੈਂ ਵੀ ਕਿਸਾਨਾਂ ਕੋਲ ਨੰਗੇ ਪੈਰੀ ਆਊਂਗਾ ਉੱਧਰੋਂ ਸੁਖਬੀਰ ਬਾਦਲ ਕਾਲੀਆਂ ਜਾਂ ਫੱਟੀਆਂ ਚੱਕ ਕੇ ਰੋਜ਼ ਖੜ੍ਹ ਜਾਂਦਾ ਲੋਕ ਸਭਾ ਮੂਹਰੇ ਉਹ ਕਹਿੰਦਾ ਮੈਂ ਸਾਰੇ ਮਸਲੇ ਹੱਲ ਕਰੂੰਗਾ ਇਹਨਾਂ ਬਾਰੇ ਕੀ ਕਹਿਣਾ ਦੇਖੋ ਯਾਰ ਮੈਂ ਕਹਿੰਦਾ ਸ਼ਰਮ ਸ਼ੁਰਮ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈਗੀ ਹੈ ਨਾ ਉਹੀ ਬਾਦਲ ਜਿਹੜੇ ਕਹਿੰਦੇ ਕਾਨੂੰਨ ਚੰਗੇ ਆ ਅਸੀਂ ਹੱਕ 'ਚ ਆ ਹੱਕ 'ਚ ਵੋਟ ਪਾਉਣ ਵਾਲੇ ਬਾਦਲ ਅੱਜ ਤੱਕ ਤੇਲੇ ਖੜੇ ਆ ਉੱਥੇ ਸੰਸਦ ਦੇ ਮੂਹਰੇ ਕਿ ਦੇਖੋ ਜੀ ਇਹ ਤਾਂ ਕਾਨੂੰਨ ਬਹੁਤ ਮਾੜੇ ਆ ਰੱਦ ਕਰੋ ਡਰਾਮਾ ਅਸਲ ਨਾ ਸਿਆਸਤਦਾਨ ਹੁੰਦਾ ਜਿਹੜਾ ਆਪਾਂ ਨੇ ਸਮਝਣ ਦੀ ਲੋੜ ਆ ਕਿ ਇਹਨਾਂ ਲਈ ਸਿਰਫ ਇਹਨਾਂ ਨੇ ਵੋਟ ਦੇਖਣੀ ਹੁੰਦੀ ਆ ਵੀ ਸਾਨੂੰ ਵੋਟ ਕਿਵੇਂ ਪਊ ਉਹਦੇ ਲਈ ਝੂਠ ਮਾਰਨਾ ਪਵੇ ਲਾਰੇ ਲਾਉਣੇ ਪੈਣ ਲੋਕਾਂ ਨੂੰ ਕੁੱਟਣਾ ਪਵੇ ਲੁੱਟਣਾ ਪਵੇ ਜੋ ਮਰਜ਼ੀ ਢੰਗ ਤਰੀਕਾ ਵਰਤਣਾ ਪਵੇ ਵਰਤਦੇ ਨੇ ਉਹੀ ਹਾਲ ਬਾਈ ਹੁਣ ਸਿੱਧੂ ਦਾ ਬਿਆਨ ਆਇਆ ਵੀ ਮੈਂ ਨੰਗੇ ਪੈਰੀਂ ਅੰਦੋਲਨ 'ਚ ਆਉਣ ਨੂੰ ਤਿਆਰ ਹਾਂ ਸਿੱਧੂ ਸਾਹਿਬ ਆਉਣ ਦੀ ਲੋੜ ਨਹੀਂ ਇੱਕ ਕੰਮ ਕਰੋ ਹਾਂਜੀ ਇਹਨੂੰ ਵਿਧਾਨ ਸਭਾ ਦੇ ਵਿੱਚ ਮਤਾ ਲਿਆ ਕੇ ਰੱਦ ਕਰੋ ਨਾ ਕਾਨੂੰਨਾਂ ਨੂੰ ਹਾਂ ਰੱਦ ਨਹੀਂ ਕੀਤੇ ਗਏ ਪਹਿਲਾਂ ਵੀ ਡਰਾਮਾ ਰਚਿਆ ਕੈਪਟਨ ਨੇ ਉਦੋਂ ਕੱਲੀਆਂ ਸੋਧਾਂ ਕਰਕੇ ਛੱਡਤਾ ਨਾਲੇ ਹੁਣ ਤਾਂ MLA ਵੀ ਸਾਰੇ ਸਿੱਧੂ ਵੱਲ ਹੋ ਗਏ ਸਾਰੇ MLA ਜਿਹੜੇ ਪਹਿਲਾਂ ਕੈਪਟਨ ਕਰਨੇ ਸੀ ਉਹ ਸਾਰੇ ਸਿੱਧੂ ਦੇ ਪੈਰ ਫੜੀ ਖੜੇ ਨੇ ਮੈਂ ਉਹੀ ਗੱਲ ਕਰਦਾ ਨਾ ਵੀ ਤੁਸੀਂ ਜੇ ਕਰਨਾ ਚਾਹੁੰਦੇ ਆ ਤਾਂ ਫਿਰ ਆਪਣਾ ਵਿਧਾਨ ਸਭਾ 'ਚ ਨੂੰ ਰੱਦ ਕਰ ਦਿਓ ਮਤਾ ਲੈ ਕੇ ਆ ਜਾਓ ਹਾਂ ਪਰ ਕਰਨਾ ਕਰਾਉਣਾ ਕੁਛ ਨਹੀਂ ਡਰਾਮੇ ਨੇ ਸਿਰਫ 222 ਵਾਲੀਆਂ ਵੋਟਾਂ ਬਾਈ ਅੱਛਾ ਤੇ ਵੀ ਉਹੀ ਗੱਲ ਕਹਿੰਦਾ ਸੀਗਾ ਵੀ ਹੁਣ ਜਿਵੇਂ ਪ੍ਰਧਾਨ ਬਣਿਆ ਵੀ ਕੈਪਟਨ ਕਹਿੰਦੇ ਤਾਂ ਹੁਣ ਕੋਈ ਨਹੀਂ ਰਿਹਾ ਵੀ ਜਿਵੇਂ ਹੁਣ ਜਿੰਨੇ ਆਪਣੇ ਬੇਰੁਜ਼ਗਾਰੀ ਵਾਲਾ ਮੁੱਦਾ ਜਾਂ ਸਕੂਲਾਂ ਉਹਨਾਂ ਨੂੰ ਗੱਲਾਂ ਕਹਿ ਰਿਹਾ ਵੀ ਉਹਨਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੇਗੀਆਂ ਬੜੀਆਂ ਸਾਰੀਆਂ ਜਿਹੜੇ ਰੇਤਾ ਬਾਜਰੀ ਵਾਲੇ ਚੋਰ ਸਾਰੇ ਹੁਣ ਨਾਲ ਲਈ ਫਿਰਦਾ ਮੈਨੂੰ ਨਾ ਭਾਨੇ ਤਰਸ ਆਉਂਦਾ ਸਾਡੇ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਤੇ ਕਿ ਸਾਡਾ ਪੱਧਰ ਕਿੰਨਾ ਥੱਲੇ ਡਿੱਗ ਪਿਆ ਹੈ ਨਾ ਸਾਡੇ ਲੋਕ ਭੰਗੜੇ ਪਾ ਰਹੇ ਨੇ ਢੋਲ ਵਜਾ ਰਹੇ ਨੇ ਸਿੱਧੂ ਪ੍ਰਧਾਨ ਬਣ ਗਿਆ ਸਿੱਧੂ ਕੀ ਹੋ ਗਿਆ ਬਈ ਸਿੱਧੂ ਪ੍ਰਧਾਨ ਬਣ ਗਿਆ ਪੰਜਾਬ ਦੇ ਮਸਲੇ ਹੱਲ ਹੋ ਗਏ ਕੀ ਚੱਟਾ ਖਤਮ ਹੋ ਗਿਆ ਕੀ ਬੇਅਦਬੀ ਦਾ ਇਨਸਾਫ ਮਿਲ ਗਿਆ ਕੀ ਪੰਜਾਬ 'ਚ ਨੌਕਰੀਆਂ ਮਿਲ ਗਈਆਂ ਕੀ ਪੰਜਾਬ ਦਾ ਕਰਜ਼ਾ ਮਾਫ਼ ਹੋ ਗਿਆ ਜਾਂ ਪੰਜਾਬ ਦੇ ਜਿੰਨੇ ਮਸਲੇ ਨੇ ਹੱਲ ਹੋ ਗਏ ਸਾਡੇ ਲੋਕ ਬਸ ਇੰਨੇ ਕਾਲੇ ਨੇ ਫਲਾਨਾ ਲਾਤਾ ਹੋਏ ਫਲਾਨਾ ਬਣਾਤਾ ਹੋਏ ਹੁਣ ਅਸਲ ਪਤਾ ਕੀ ਹੋਣਾ ਭਾਨੇ ਗੱਲ ਯਾਦ ਰੱਖੀ ਅਸਲ ਇਹ ਜਿੰਨੀਆਂ ਨਾਕਾਮੀਆਂ ਨੇ ਮਤਲਬ ਕਿ ਅਸਲ ਕੁਛ ਨਹੀਂ ਹੈਗਾ ਇਹ ਪੁਰਾਣੀ ਬੋਤਲ ਨਵੀਂ ਬੋਤਲ ਦੇ ਵਿੱਚ ਨਵਾਂ ਲੇਬਲ ਲਾ ਕੇ ਪੁਰਾਣੀ ਸ਼ਰਾਬ ਹੈ ਪ੍ਰਸ਼ਾਦ ਸ਼ਰਾਬ ਉਹੀ ਹੈ ਬੋਤਲ ਨਵੀਂ ਹੈ ਲੇਬਲ ਨਵਾਂ ਲੋਕਾਂ ਨੂੰ ਲੱਗੂਗਾ ਸਿੱਧੂ ਆ ਗਿਆ ਸਿੱਧੂ ਪਤਾ ਨਹੀਂ ਕੀ ਕਰ ਦੂਗਾ ਸੋ ਅਸਲ ਦਾ ਲੋਕਾਂ ਨੂੰ ਗੁੰਮਰਾਹ ਕਰਨਾ ਤੇਰੇ ਵਾਲੀ ਗੱਲ ਹਾਂ ਅਸਲ ਸਾਰੀ ਰਣਨੀਤੀ ਪ੍ਰਸ਼ਾਂਤ ਕਿਸ਼ੋਰ ਦੀ ਹੈ ਸਾਰਾ ਜਿਹੜਾ ਲੋਕਾਂ ਦਾ ਨਜ਼ਲਾ ਲੋਕਾਂ ਦਾ ਗੁੱਸਾ ਗਿਲਾ ਉਹ ਕੈਪਟਨ ਤੇ ਸਿੱਟ ਦਿਓ ਵੀ ਕੈਪਟਨ ਮਾੜਾ ਸੀ ਕੈਪਟਨ ਹੁਣ ਮੈਂ ਪੁੱਛਣਾ ਚਾਹੁੰਦਾ ਸਿੱਧੂ ਸਾਹਿਬ ਤੁਹਾਨੂੰ ਤੁਹਾਡੀ ਟੀਮ ਦੇ ਵਿੱਚ ਜਿਹੜੇ ਤੁਹਾਡੇ ਮੰਤਰੀ ਆ ਤੁਹਾਡੇ MLA ਆ ਉਹਦਾ ਰੇਤਾ ਵੇਚੀ ਗਿਆ ਹੁਣ ਤੱਕ ਹਾਂ ਕੋਈ ਸ਼ਰਾਬ ਕੋਈ ਸ਼ਰਾਬ ਦਾ ਨਕਲੀ ਸ਼ਰਾਬ ਦਾ ਕਾਰੋਬਾਰੀ ਰਿਹਾ ਕੋਈ ਚਿੱਟਾ ਵੇਚੀ ਗਿਆ ਕੋਈ ਚਿੱਟੇ ਵਾਲਿਆਂ ਨਾਲ ਸੰਬੰਧ ਰਹੇ ਕੋਈ ਤਹਿਸੀਲਦਾਰਾਂ ਨਾਲ ਹਿੱਸੇ ਪਟਵਾਰੀਆਂ ਨਾਲ ਹਿੱਸੇ ਥਾਣੇਦਾਰਾਂ ਦੇ ਥਾਣਿਆਂ ਦੇ ਸੱਚੋ ਨਾਲ ਹਿੱਸੇ ਉਹ ਸਾਰੇ ਦਾ ਤੁਹਾਡੀ ਟੀਮ 'ਚ ਉਹ ਬੰਦੇ ਨੇ ਤੁਸੀਂ ਇਹਨਾਂ ਬੰਦਿਆਂ ਨੂੰ ਲੈ ਕੇ ਇਸ ਟੀਮ ਨੂੰ ਲੈ ਕੇ ਪੰਜਾਬ ਦਾ ਬੇੜਾ ਬੰਨੇ ਲਾਓਗੇ ਲੱਖੇ ਬਾਈ ਇੱਕ ਸਵਾਲ ਆ ਲਾਸਟ 'ਤੇ ਗੱਲ ਇਹੀ ਪੁੱਛਣਾ ਚਾਹੁੰਦਾ ਦੇਖ ਪੰਜਾਬ ਦੇ ਲੋਕ ਇਸ ਟਾਈਮ ਸਾਰੇ ਅੱਕੇ ਹੋਏ ਨੇ ਉਹਨਾਂ ਨੂੰ ਸਭ ਨੂੰ ਪਤਾ ਹੈ ਵੀ ਨਾ ਕਾਂਗਰਸ ਭਲਾ ਕਰ ਸਕੇ ਨਾ ਅਕਾਲੀ ਭਲਾ ਕਰ ਸਕੇ ਨਾ ਕੋਈ ਇੱਥੇ ਦਿੱਲੀ ਵਾਲਾ ਆ ਕੇ ਹੋਰ ਕੋਈ ਆਮ ਵਾਲਾ ਭਲਾ ਕਰ ਸਕੇ ਪਰ ਮੈਨੂੰ ਇਹ ਪੰਜਾਬ ਦੇ ਲੋਕ ਸਵਾਲ ਪੁੱਛਦੇ ਨੇ ਵੀ ਫਿਰ ਅਸੀਂ ਕਰੀਏ ਕੀ ਹੱਲ ਕੀ ਹੈ ਬਹੁਤ ਵੱਡਾ ਗੁੰਝਲਦਾਰ ਸਵਾਲ ਆ ਪਰ ਹਾਂ ਲੋਕਾਂ ਦਾ ਸਵਾਲ ਆ ਤੇਰਾ ਮੇਰਾ ਹਰ ਇੱਕ ਬੰਦੇ ਦੇ ਇੱਕ ਜ਼ਿਹਨ 'ਚ ਇੱਕ ਸਵਾਲ ਹੈ ਕਿ ਯਾਰ ਠੀਕ ਆ ਬਾਦਲ ਵੀ ਮਾੜੇ ਹਾਂ ਕਾਂਗਰਸ ਵੀ ਮਾੜੀ ਆਪਾਂ ਦੇਖ ਚੁੱਕੇ ਹਾਂ ਦੋਨਾਂ ਨੂੰ ਹੈ ਨਾ ਰਵਾਇਤੀਆਂ ਨੂੰ ਤੀਜੇ ਆ ਗਏ ਆਪ ਵਾਲੇ ਆਪਣੇ ਲੋਕਾਂ ਨੂੰ ਲੱਗਦਾ ਕਿ ਮੈਂ ਸਮਝਦਾ ਕਿ ਆਪ ਨੂੰ ਨਾ ਇੱਕ ਥੋੜ੍ਹੀ ਜਿਹੜੀ ਨੀਤੀ ਆਪ ਨੂੰ ਬਦਲਣੀ ਚਾਹੀਦੀ ਆਪ ਹਮੇਸ਼ਾ ਇਹ ਗੱਲ ਕਰਦੀ ਰਹੀ ਕਿ ਅਸੀਂ ਬਦਲਾਅ ਦੀ ਰਾਜਨੀਤੀ ਲੈ ਕੇ ਆਵਾਂਗੇ ਅਸੀਂ ਬਦਲ ਲੈ ਕੇ ਆਵਾਂਗੇ ਅਸੀਂ ਸਿਸਟਮ ਨੂੰ ਅਸੀਂ ਪ੍ਰਬੰਧ ਨੂੰ ਬਦਲਾਂਗੇ ਜਿਹੜਾ ਮਾੜਾ ਪ੍ਰਬੰਧ ਆ ਪਰ ਉਹ ਵੀ ਰਵਾਇਤੀ ਪਾਰਟੀਆਂ ਵਾਲੇ ਜਿਹੜੇ ਪ੍ਰਬੰਧ ਨੇ ਉਹਦੇ ਉੱਤੇ ਚੱਲ ਪਈ ਆ
ਜੇ ਮੈਂ ਚਾਹੁੰਦਾ ਜੇ ਇੱਕ ਦੇਖੋ ਲੋਕ ਲੋਕ ਇਸ ਸਮੇਂ ਹਾਲਾਤ ਇਹ ਹੋਏ ਖੜੇ ਠੀਕ ਆ ਜਿਹੜੇ ਤਾਂ ਇਹਨਾਂ ਦੇ ਕੋਈ ਬਾਹਲੇ ਕੋਈ ਪਾਸੂ ਨੇ ਕੋਈ ਚੇਲੇ ਚਮਚੇ ਉਹਦਾ ਠੀਕ ਹੈ ਇਹਨਾਂ ਦੇ ਨਾਲ ਜੁੜੇ ਹੋਏ 15% ਲੋਕ ਨੇ 85% ਲੋਕ ਜਿਹੜੇ ਬਾਗੀ ਨੇ ਇਹਨਾਂ ਤੋਂ 85% ਹਾਂ ਬਿਲਕੁਲ ਬਸ 85-90% ਲੋਕ ਇਹੋ ਜਿਹੇ ਹੋਣਗੇ ਜਿਹੜੇ ਚਾਹੁੰਦੇ ਆ ਵੀ ਬਦਲਾਅ ਆਵੇ ਪਰ ਲੋਕ ਇਹ ਚਾਹੁੰਦੇ ਆ ਕਿ ਬਦਲਾਅ ਆਵੇ ਤੇ ਆਵੇ ਉਹ ਬੰਦੇ ਕੌਣ ਹੋਣ ਹਾਂ ਝਾੜੂ ਵਾਲੇ ਵੀ ਹੈਗੇ ਚਾਹੇ ਕੋਈ ਹੋਰ ਖੜੇ ਹੁੰਦੇ ਨੇ ਆਸੇ ਪਾਸੇ ਦੇਖੋ ਜੇ ਤਾਂ ਭਾਨੇ ਇੱਥੇ ਹਾਲਾਤ ਹੀ ਬਣਨੇ ਆ ਜੇ ਤੱਕ ਝਾੜੂ ਵੀ ਹੋ ਗਿਆ ਇੱਕ ਧੜਾ ਹੋਰ ਖੜਾ ਹੋ ਗਿਆ ਤਾਂ ਉਹਦਾ ਫਾਇਦਾ ਰਵਾਇਤੀਆਂ ਨੂੰ ਹੋ ਜਾਣਾ ਬਾਦਲਾਂ ਨੂੰ ਹੋ ਜਾਵੇ ਚਾਹੇ ਕਾਂਗਰਸ ਨੂੰ ਹੋ ਜਾਵੇ ਜੇ ਝਾੜੂ ਵਾਲੇ ਸਾਰੇ ਚੰਗੇ ਬੰਦਿਆਂ ਨੂੰ ਚੰਗੇ ਚਿਹਰਿਆਂ ਨੂੰ ਇਕੱਠੇ ਕਰਕੇ ਫਰਾਕਦਿਲੀ ਦਿਖਾਉਂਦੇ ਆ ਇਮਾਨਦਾਰੀ ਦਿਖਾਉਂਦੇ ਆ ਤੇ ਨਵੀਂ ਰਾਜਨੀਤੀ ਦੀ ਗੱਲ ਕਰਦੇ ਆ ਜਿਹੜੀ ਜਿਹੜੀ ਪੰਜਾਬ ਦੇ ਹਿੱਤ 'ਚ ਹੋਵੇ ਤੇ ਪੰਜਾਬ ਦੇ ਲੋਕ ਪੰਜਾਬ ਦੇ ਲੀਡਰ 'ਚ ਲਾਉਣ ਇਹ ਨਾ ਹੋਵੇ ਉੱਥੋਂ ਫਰਮਾਨ ਦਿੱਲੀਓਂ ਜਾਵੇ ਜੇ ਪੰਜਾਬ ਦੀ ਗੱਲ ਹੋਊ ਪੰਜਾਬ ਦੇ ਲੀਡਰਾਂ ਦੇ ਹੱਥ ਬਾਂਗਡੋਰ ਹੋਣੀ ਚਾਹੀਦੀ ਆ ਇਹੋ ਜਿਹੀਆਂ ਨੀਤੀਆਂ ਲੈ ਕੇ ਉਹਨੇ ਜੋ ਪੰਜਾਬ ਦੇ ਹੱਕ 'ਚ ਹੋਣ ਤਾਂ ਲੋਕ ਬਾਈ ਤਿਆਰ ਬੈਠੇ ਨੇ ਵੋਟਾਂ ਪਾਉਣ ਨੂੰ ਪਰ ਜੇ ਝਾੜੂ 17 ਵਾਲੀ ਗਲਤੀ ਕਰੂਗਾ ਤਾਂ ਮੌਕਾ ਫਿਰ ਦਾ ਦੁਬਾਰਾ ਇਹਨਾਂ ਰਵਾਇਤੀਆਂ ਦਾ ਲੱਗ ਜਾਣਾ ਠੀਕ ਹੈ ਬਾਈ ਅਤੇ ਮੰਨ ਕੇ ਚੱਲ ਇੱਕ ਅੰਦੋਲਨ ਵੱਲ ਵੀ ਉਹਨਾਂ ਦੇ ਆਸਾਂ ਲਾਈਆਂ ਹੋਈਆਂ ਲੋਕਾਂ ਨੇ ਆ ਵੀ ਉੱਥੋਂ ਵੀ ਕੋਈ ਇਸ ਤਰ੍ਹਾਂ ਹੋਵੇ ਕੋਈ ਜਿਵੇਂ ਅੰਦੋਲਨ ਸਭ ਤੋਂ ਪਹਿਲਾਂ ਤਾਂ ਦੇਖ ਜਿਵੇਂ ਤੁਹਾਡੀ ਸੋਚ ਹੈ ਤੁਸੀਂ ਤਾਂ ਕਿਹਾ ਵੀ ਉਹਨਾਂ ਟਾਈਮ ਮੈਂ ਕੋਈ ਗੱਲ ਨਹੀਂ ਕਰਦਾ ਜਿੰਨਾ ਟਾਈਮ ਅੰਦੋਲਨ ਹੈ ਦੇਖ ਲੋਕ ਅੰਦੋਲਨ ਤੋਂ ਵੀ ਆਸਾਂ ਲਾਉਂਦੇ ਨੇ ਵੀ ਜਿਹੜੇ ਚੰਗੇ ਲੋਕ ਨੇ ਉਹਦੇ ਵਿੱਚ ਜਿਹਨਾਂ ਨੇ ਬੜਿਆਂ ਸਾਲਾਂ ਤੱਕ ਲੋਕਾਂ ਨੇ ਪੰਜਾਬ ਦੀਆਂ ਲੜਾਈਆਂ ਲੜੀਆਂ ਜੇਲ੍ਹਾਂ ਗਏ ਜਾਂ ਜਿਹਨਾਂ 'ਤੇ ਆਹ ਅੰਦੋਲਨ ਵੱਡੀ ਸਮੇਂ ਤੋਂ ਲੜਦੇ ਆ ਰਹੇ ਨੇਗੇ ਉਹਨਾਂ ਤੋਂ ਵੀ ਲੋਕ ਆਸਾਂ ਲਾ ਰਹੇ ਨੇਗੇ ਬਿਲਕੁਲ ਭਾਨੇ ਦੇਖੋ ਪਹਿਲੀ ਗੱਲ ਤਾਂ ਹਰ ਬੰਦੇ ਦਾ ਹਰ ਪੰਜਾਬੀ ਦਾ ਚਾਹੇ ਹਰਿਆਣਵੀ ਹੈ ਚਾਹੇ ਪੰਜਾਬੀ ਹੈ ਉਹਦਾ ਪਹਿਲ ਉਹਦੀ ਹੋਣੀ ਚਾਹੀਦੀ ਅੰਦੋਲਨ ਕਿਵੇਂ ਜਿੱਤਣਾ ਉਹਦੇ ਲਈ ਜ਼ੋਰ ਕਿਵੇਂ ਲਾਉਣਾ ਚਾਹੇ ਉਹ ਕਿਸਾਨ ਹੈ ਚਾਹੇ ਮਜ਼ਦੂਰ ਹੈ ਚਾਹੇ ਮੁਲਾਜ਼ਮ ਹੈ ਚਾਹੇ ਕੋਈ ਦੁਕਾਨ ਵਾਲਾ ਸਾਡੀ ਰਾਜਨੀਤੀ ਸਾਡਾ ਅਗਲਾ ਕਦਮ ਹੋਣਾ ਚਾਹੀਦਾ ਵੀ ਅਸੀਂ 22 ਦੇ ਵਿੱਚ ਕੀ ਸੋਚਣਾ ਹੈ ਜਾਂ 22 'ਚ ਨਹੀਂ ਸੋਚਣਾ ਅੱਗੇ ਕੀ ਸੋਚਣਾ 24 'ਚ 27 'ਚ ਅੱਗੇ ਕੀ ਸੋਚਣਾ ਹੈ ਨਾ ਪਰ ਫਿਲਹਾਲ ਜੇ ਅੱਜ ਅਸੀਂ ਇੱਥੋਂ ਇਹ ਗੱਲ ਕਰਾਂਗੇ ਤਾਂ ਇਹ ਮੈਨੂੰ ਲੱਗਦਾ ਕਿ ਬਹੁਤ ਗਲਤ ਗੱਲ ਹੋਊਗੀ ਕਿ ਅੱਜ ਹੀ ਅਸੀਂ ਅੰਦੋਲਨ 'ਚੋਂ ਇਹ ਗੱਲ ਕਰਦੇ ਹਾਂ ਕਿ ਹਾਂ ਯਾਰ ਅਸੀਂ ਤਾਂ ਵੋਟਾਂ 'ਚ ਹਿੱਸਾ ਲੈਣਗੇ ਅੰਦੋਲਨ ਵਾਲੇ ਜਿਹੜੇ ਕਿਸਾਨ ਆਗੂ ਨੇ ਜਾਂ ਹੋਰ ਬੰਦੇ ਨੇ ਤਾਂ ਉੱਥੋਂ ਮੈਂ ਹਮੇਸ਼ਾ ਇਹ ਗੱਲ ਕਹੀ ਹੈ ਭਾਨੇ ਕਿ ਇਸ ਗੱਲ ਦਾ ਮੌਕਾ ਸਰਕਾਰ ਨੂੰ ਮਿਲਣਾ ਸੈਂਟਰ ਸਰਕਾਰ ਦੀ ਬੀਜੇਪੀ ਸਰਕਾਰ ਨੂੰ ਮਿਲਣਾ ਹੈ ਉਹਨਾਂ ਨੇ ਉਹ ਤਾਂ ਪਹਿਲੇ ਕਹੀ ਜਾਂਦੇ ਨੇ ਵੀ ਇਹ ਤਾਂ ਸਿਆਸੀ ਬੰਦੇ ਬੈਠੇ ਨੇ ਤਾਂ ਵਿਰੋਧੀ ਧਿਰਾਂ ਵਾਲੇ ਬੈਠੇ ਨੇ ਤਾਂ ਉਹਨਾਂ ਨੂੰ ਮੌਕਾ ਮਿਲਣਾ ਵੀ ਦੇਖੋ ਇਹਨਾਂ ਦੇ ਸਿਆਸੀ ਹਿੱਤ ਸੀਗੇ ਕਿ ਤਾਂ ਕਰਕੇ ਅੰਦੋਲਨ ਇੱਥੇ ਲਾਈ ਬੈਠੇ ਆ ਧਰਨਾ ਲਾਈ ਬੈਠੇ ਆ ਕਿਸਾਨਾਂ ਦੇ ਜਜ਼ਬਾਤਾਂ ਨਾਲ ਖੇਡ ਰਹੇ ਨੇ ਸੋ ਉਹ ਇਹ ਮੌਕਾ ਨਹੀਂ ਆਪਾਂ ਦੇਣਾ ਪਹਿਲ ਸਾਡੀ ਅੰਦੋਲਨ ਹੋਣਾ ਚਾਹੀਦਾ ਹਾਂ ਇਹ ਮੈਂ ਜ਼ਰੂਰ ਗੱਲ ਕਹੂੰਗਾ ਜਿਵੇਂ ਲੂਨੀ ਵਰਗਿਆਂ ਦੇ ਬਿਆਨ ਜਾਂ ਹੋਰ ਵੀ ਕਈ ਆਗੂਆਂ ਦੇ ਬਿਆਨ ਆਵੇ ਵੀ ਜੇ ਤੁਸੀਂ ਇਹਨਾਂ ਨੂੰ ਮਾਤ ਦੇਣੀ ਹੈ ਤਾਂ ਤੁਸੀਂ ਉਸੇ ਰੂਪ 'ਚ ਹੀ ਦੇ ਸਕਦੇ ਹੋ ਉਹ ਤਰੀਕਾ ਤੁਹਾਨੂੰ ਅਪਣਾਉਣਾ ਪੈਣਾ ਹਾਂ ਸਮਾਂ ਹਲੇ ਨਹੀਂ ਆ ਕੋਈ ਸਮਾਂ ਆਊਗਾ ਤਾਂ ਇਸ ਗੱਲ ਪ੍ਰਤੀ ਵੀ ਮੈਂ ਲੱਖੇ ਬਾਈ ਮੈਂ ਮੇਰਾ ਨਿੱਜੀ ਵਿਚਾਰ ਆ ਚੜੂਨੀ ਵੀ ਆਪਣੀ ਜਗ੍ਹਾ ਸਹੀ ਆ ਫਿਰ ਤਾਂ ਚੋਰਾਂ ਦੇ ਤਾਂ ਕਢਾਉਣਾ ਹੀ ਪਊਗਾ ਇਸੇ ਤੋਂ ਪੰਜਾਬ ਜਿਹੜੇ ਚੋਰ ਨੇਗੇ ਉਹਨਾਂ ਦੇ ਤਾਂ ਪੰਜਾਬ ਨੂੰ ਕੱਢਣਾ ਹੀ ਪੈਣਾ ਪਰ ਭਾਨੇ ਇੱਕ ਗੱਲ ਸਮੱਸਿਆ ਇਹ ਆ ਰਹੀ ਹੈ ਕਿ ਲੋਕ ਸਾਡੇ ਨਾ ਇੰਨੇ ਵਾਰੀ ਮਤਲਬ ਕਿ ਲੋਕਾਂ ਨਾਲ ਵਿਸ਼ਵਾਸਘਾਤ ਹੋਇਆ ਇੰਨੀ ਵਾਰੀ ਲੋਕ ਠੱਗੇ ਗਏ ਜਿਹੜਾ ਬੰਦਾ ਇੱਥੇ ਉੱਠਦਾ ਪੰਜਾਬ ਦੀ ਗੱਲ ਹੀ ਕਰਦੇ ਨਾ ਸਾਰੇ ਪੰਜਾਬ ਦੇ ਭਲੇ ਦੀਆਂ ਗੱਲਾਂ ਸਿਸਟਮ ਬਦਲਣ ਦੀਆਂ ਗੱਲਾਂ ਇਨਕਲਾਬ ਦੀਆਂ ਗੱਲਾਂ ਪਰ ਨਿਕਲਦਾ ਵਿੱਚੋਂ ਕੁਛ ਨਹੀਂ ਮਤਲਬ ਲੀਰਾਂ ਦੀ ਖੁਦੋਂ ਹੀ ਨਿਕਲਦੀ ਆ ਹੈ ਨਾ ਜੋ ਦੇੜਦੇ ਆ ਵਿੱਚੋਂ ਉਹੀ ਕੁਛ ਹੁੰਦਾ ਤਾਂ ਹੁਣ ਲੋਕ ਸਾਡੇ ਇਸ ਅੱਕ ਗਏ ਜਿਹੜੇ ਵਾਰ ਵਾਰ ਤਜਰਬੇ ਕਰਕੇ ਇਹਨੂੰ ਵੋਟਾਂ ਪਾ ਲਓ ਆਹ ਦੇਖ ਲਓ ਆਹ ਦੇਖ ਲਓ ਹੁਣ ਲੋਕ ਯਕੀਨ ਕਰਨ ਦਾ ਕੀਰਨ ਕਿਤੇ ਇਹ ਬਹੁਤ ਵੱਡਾ ਸਵਾਲ ਆ ਯਾਰ ਮੈਂ ਕਹਿੰਦਾ ਮੇਰੇ ਅੱਗੇ ਵੀ ਇਹ ਸਵਾਲ ਆ ਕਿ ਯਾਰ ਆਪਾਂ ਲੋਕਾਂ ਨੂੰ ਕਿਹਨੂੰ ਕੱਗੇ ਵੀ ਬਾਈ ਇਸ ਧਰ ਨਾਲ ਖੜ ਜਾਓ ਜਾਂ ਇਸ ਨਾਲ ਖੜ ਜਾਓ ਅੱਗੇ ਆਪਾਂ ਦੇਖਿਆ ਹੀ ਆ ਬਾਈ ਮਿੱਟੀਆਂ ਚੱਕ ਚੱਕ ਕੇ ਸੌਹਾਂ ਖਾ ਕੇ ਲੋਕ ਕਿੱਧਰ ਨੂੰ ਤੁਰ ਗਏ ਗੁੱਟ ਕੇ ਫੜ ਕੇ ਹੱਥਾਂ 'ਚ ਲੋਕ ਸਵਾ ਖਾਏ ਕਿੱਧਰ ਨੂੰ ਤੁਰ ਗਏ ਆਪਾਂ ਦੇਖਿਆ ਹੀ ਆ ਨਾ ਬਸ ਲਾਸਟ ਸਵਾਲ ਬਾਈ 29 ਨੂੰ ਆਪਣੀ ਜਮਾਨਤ ਹੋ ਜੂਗੀ ਭਾਈ 29 ਨੂੰ ਜਮਾਨਤ ਵਕੀਲ ਸਾਹਿਬ ਖੜੇ ਆ ਮੰਡੇਰ ਸਾਹਿਬ ਦੱਸਣਗੇ ਮੰਡੇਰ ਸਾਹਿਬ ਦੱਸਿਓ ਮਾੜਾ ਜਿਹਾ ਬਿਲਕੁਲ ਹੋ ਜਾਣੀ ਚਾਹੀਦੀ ਆ ਜੀ ਕਿਉਂਕਿ ਜੋ ਪੁਲਿਸ ਨੇ ਪੁੱਛਿਆ ਸਾਰੇ ਇਨਵੈਸਟੀਗੇਸ਼ਨ ਦੇ ਵਿੱਚ ਹਰ ਤਰ੍ਹਾਂ ਦਾ ਸਾਥ ਦਿੱਤਾ ਹਰ ਜਿਹੜਾ ਜੋ ਸਵਾਲ ਸੀ ਉਹਨਾਂ ਨੇ ਸਹੀ ਜਵਾਬ ਦਿੱਤੇ ਆ ਹਾਂਜੀ ਜੋ ਉਹਨਾਂ ਨੇ ਫੋਨ ਮੰਗੇ ਫੋਨ ਦਿੱਤੇ ਆ ਸਾਰਾ ਕੁਝ ਉਹਨਾਂ ਨੂੰ ਵਾ ਵਕਤ ਦਿੱਤਾ ਗਿਆ ਬਿਲਕੁਲ ਜਮਾਨਤ ਬਿਲਕੁਲ ਹੋਣੀ ਚਾਹੀਦੀ ਆ ਸਾਰਿਆਂ ਦੀ ਜਮਾਨਤ ਤੋਂ ਬਿਨਾਂ ਹੋ ਚੁੱਕੀ ਆ ਅਸੀਂ ਜੋ ਸੱਚਾਈ ਹੈ ਕਿੱਥੇ ਆਏ 25 ਨੂੰ ਰਾਤ ਨੂੰ ਸਟੇਜ 'ਤੇ ਕਿੱਥੇ ਸੀ ਕਿੰਨੇ ਵਜੇ ਸੀ 26 ਨੂੰ ਕਿੱਥੇ ਆਏ ਰਿੰਗ ਰੋਡ 'ਤੇ ਆਏ ਕਿੱਥੋਂ ਤੱਕ ਆਏ ਕਿੱਥੋਂ ਘੁੰਮ ਕੇ ਗਏ ਕਾਹ 'ਤੇ ਆਏ ਜੋ ਗੱਲ ਸੀਗੀ ਅਸੀਂ ਉਹ ਆਪਣੀ ਦੱਸਤੀ ਅਸੀਂ ਐਵੇਂ ਲੁਕੋਇਆ ਨਹੀਂ ਕੁਛ ਵੀ ਕਿਸੇ ਪ੍ਰਕਾਰ ਦਾ ਵੀ ਹਾਂ ਅੱਜ ਅਸੀਂ ਲੁਕੋਈ ਜਾਗੇ ਵੀ ਅਸੀਂ ਤਾਂ ਇੱਥੇ ਨਹੀਂ ਆਏ ਜੀ ਅਸੀਂ ਤਾਂ ਉੱਥੇ ਨਹੀਂ ਆਏ ਜੋ ਕੁਛ ਸੀਗਾ ਅਸੀਂ ਸੱਚਾਈ ਬਿਆਨ ਕਰਤੀ ਆ ਬਾਕੀ ਉਹ ਵਾਹਿਗੁਰੂ ਪਰਮਾਤਮਾ ਬਾਕੀ ਉਹ ਪਰਮਾਤਮਾ ਦੇ ਹੱਥ ਆ ਤੇ ਬਾਕੀ ਤਕਦੀਰ ਦੇ ਸੌਦੇ ਨੇ ਤੇ ਬਾਕੀ ਬਾਈ ਪੰਜਾਬ ਦੇ ਲੋਕਾਂ ਦੀਆਂ ਦੁਆਵਾਂ ਨੇ ਪਿਆਰ ਹੈ ਹਰਿਆਣੇ ਦੇ ਲੋਕਾਂ ਦੀਆਂ ਦੁਆਵਾਂ ਨੇ ਪਿਆਰ ਆ ਉਹਨਾਂ ਦਾ ਸਾਥ ਆ ਨਾਲ ਉਹ ਸ਼ੁਰੂ ਤੋਂ ਲੈ ਕੇ ਅੱਜ ਤੱਕ ਇਹ ਦੁਆਵਾਂ ਕਰਦੇ ਆਏ ਨੇ ਕਿ ਤੱਤੀ ਵਾਰ ਨਾ ਲੱਗੇ ਤੱਤੀ ਵਾਰ ਨਾ ਲੱਗੇ ਹੈ ਨਾ ਤਾਂ ਮੈਨੂੰ ਲੱਗਦਾ ਕਿ ਜੇ ਲੋਕਾਂ ਦਾ ਪਿਆਰ ਆ ਦੁਆਵਾਂ ਤਾਂ 29 ਨੂੰ ਜਮਾਨਤ ਹੋ ਜਾਣੀ ਹੈ ਨਹੀਂ ਫਿਰ ਬਾਈ ਅੱਗੇ ਰੱਬ ਰਾਖਾ
ਜਿਵੇਂ ਹੁੰਦੀ ਆ ਫਿਰ ਦੇਖੀ ਜੋ ਮੈਂ ਤਾਂ ਪਹਿਲੇ ਦਿਨੋਂ ਹੀ ਇਹ ਸੋਚ ਕੇ ਚੱਲਿਆ ਸੀ ਦੇਖੋ ਪਾਨੇ ਜਦੋਂ ਸੰਘਰਸ਼ਾਂ ਦੇ ਰਾਹ ਹੋਈ ਹੈ ਨਾ ਫਿਰ ਆਹ ਜਿਹੜੀਆਂ ਤਕਲੀਫਾਂ ਨੇ ਆਪਾਂ ਦੇਖ ਰਹੇ ਹਾਂ 25 ਦਿਨ ਆਪਾਂ ਨੂੰ ਹੋ ਗਿਆ ਜਿੱਕ ਤੋਂ ਲੈ ਕੇ ਚੱਲੇ ਬਿਲਕੁਲ ਜੇਲ੍ਹ ਵੀ ਜਾਣਾ ਪੈਂਦਾ ਹੁੰਦਾ ਪਰਚੇ ਵੀ ਹੁੰਦੇ ਆ ਇਹੋ ਜਿਹੀਆਂ ਜਾਂਚਾਂ ਪੜਤਾਲਾਂ ਸਿਰਦਰਦੀ ਇਹ ਸਾਰਾ ਕੁਝ ਸਾਹਮਣੇ ਆਉਂਦਾ ਫਿਰ ਮੈਂ ਤਾਂ ਸਮਝਦਾ ਸੀ ਬੰਦੇ ਨੂੰ ਪਹਿਲਾਂ ਹੀ ਇਹਦੇ ਲਈ ਤਿਆਰ ਹੋਣਾ ਚਾਹੀਦਾ ਵੀ ਹਾਂ ਯਾਰ ਸੰਘਰਸ਼ ਜਿਹੜੇ ਉਹ ਕੋਈ ਥਾਲੀ 'ਚ ਤਾਂ ਕੋਈ ਪਰੋਸ ਕੇ ਦਿੰਦਾ ਨਹੀਂ ਹੱਕ ਸਾਨੂੰ ਤੁਹਾਡੇ ਦਿੱਲੀ ਪੁਲਿਸ ਕਹਿੰਦੇ ਜੇ ਲੱਖਰੀ ਜਮਾਨਤ ਕਰਤੀ ਕਹਿੰਦੇ ਅੰਦੋਲਨ 'ਚ ਫੇਰ ਉਹ ਜੇ ਗੁਰੂ ਹਾਂ ਜੁੜਿਆ ਹੋਇਆ ਵੀ ਅੰਦੋਲਨ 'ਚ ਫੇਰ ਹੋਵੇ ਜੇ ਗੁਰੂ ਕੱਟ ਕਰਕੇ ਅੰਦਰੋਂ ਆ ਕੇ ਮੈਂ ਅੰਦੋਲਨ ਨਾਲ ਜੁੜਨ ਨਹੀਂ ਜੁੜੂ ਹਾਂ ਧੰਨਵਾਦ ਬਾਈ ਧੰਨਵਾਦ ਵਕੀਲ ਸਾਹਿਬ ਤੁਹਾਡਾ ਬਹੁਤ